ਆ ਕੱਲ ਕਾਲਜ ਵੇਲੇ ਦੀ ਮੈਂ ਸੁਣਾਉਣ ਲੱਗੇ ਜਦੋਂ ਕਦੇ ਜ਼ਿੰਦਗੀ ਦਾ ਇਤਿਹਾਸ ਖੁੱਲਣਾ ਤਿੰਨਾਂ ਸਾਲਾਂ ਦਾ ਸਫ਼ਰ ਕਦੇ ਵੀ ਨੀ ਭੁੱਲਣਾ ਚਾਰ ਇੱਕ ਪੁਰਾਣੇ ਬਾਕੀ ਨਵੇਂ ਯਾਰ ਸੀ ਸਭ ਮੁੱਛਾਂ ਦੇ ਸ਼ਕੀਨ ਉੱਤੋਂ ਸਰਦਾਰ ਸੀ ਜਿੰਨੀਆਂ ਵੀ ਸੋਹਣੀਆਂ ਕਾਲਜ ਵਿੱਚ ਸੀ ਨਾਮ ਸਾਰੀਆਂ ਦੇ ਯਾਰਾਂ ਦੀ ਨੌਲੇਜ ਵਿੱਚ ਸੀ ਜੂਨੀਅਰ ਸੀਨੀਅਰ ਨਾਲ ਯਾਰੀ ਸੀ ਕਿਹੜੀ ਕਿਹਦੇ ਨਾਲ ਸੈੱਟ ਸਾਰੀ ਜਾਣਕਾਰੀ ਸੀ ਪੈਸਿਆਂ ਵੱਲੋਂ ਤਾਂ ਹੱਥ ਰਹਿੰਦੇ ਟੈਟ ਸੀ ਤਾਂ ਵੀ ਧੱਕੇ ਨਾਲ ਮਹਿਫਲਾਂ ਚ ਜਾਂਦੇ ਬੈਠ ਸੀ ਕਾਲਜ ਕੰਟੀਨ ਦਾ ਜਿੰਨਾ ਉਦਾਰ ਸੀ ਇੱਕ ਸਾਮੀ ਸੀ ਬਣਾਈ ਉਹਦੇ ਸਿਰ ਭਾਰ ਸੀ ਪੀਤੀਆਂ ਸੀ ਚਾਵਾਂ ਨਾਲੇ ਧੁੱਪਾਂ ਸਿੱਖੀਆਂ ਬੱਕ ਮਾਰ ਮਾਰ ਫਿਲਮਾਂ ਵੀ ਬਹੁਤ ਵੇਖੀਆਂ ਹਫ਼ਤੇ ਚ ਤਿੰਨ ਦਿਨ ਸੀ ਕਾਲਜ ਵੜਦੇ ਘਰੇ ਪਹੁੰਚ ਜੇ ਨਾ ਲੈਟਰ ਸੀ ਹੁੰਦੇ ਡਰਦੇ ਤਿੰਨ ਸਾਲ ਸਾਡੀ ਰਹੀ ਬਸ ਇੱਕ ਮਜਬੂਰੀ ਕਿਵੇਂ ਹੋਊਗੀ ਜੀ ਐਤਕੀ ਅਟੈਂਡੈਂਸ ਵੀ ਪੂਰੀ ਸਪੋਰਟਸ ਸੀ ਕੋਟਾ ਨਾਲੇ ਫੀਸ ਘੱਟ ਸੀ ਨਕਲਾਂ ਨਾ ਪੇਪਰਾਂ ਚ ਕੱਢੇ ਵੱਟ ਸੀ ਜੇ ਫੜੇ ਜਾਈਏ ਆਈ ਕਾਰਡ ਖੋ ਹੁੰਦੇ ਸੀ ਫਿਰ ਵੱਡੇ ਬਾਈ ਬਣਦੇ ਪਿਓ ਹੁੰਦੇ ਸੀ ਦੀਨ ਮੋਰੇ ਜਾ ਕੇ ਵੀ ਸੀ ਹਾਮੀ ਭਰਦੇ ਕਹਿੰਦੇ ਇੱਕ ਵਾਰੀ ਛੱਡੋ ਅੱਗੇ ਤੋਂ ਨੀ ਕਰਦੇ ਕੁੜੀਆਂ ਤੋਂ ਵੱਧ ਯਾਰਾਂ ਚ ਰੁਝਾਨ ਸੀ ਇਸੇ ਗੱਲੋਂ ਸਾਨੂੰ ਇੱਕ ਦੂਜੇ ਉੱਤੇ ਮਾਣ ਸੀ ਉਦੋਂ ਲਾਉਂਦਾ ਸੀ ਆਕਾਸ਼ ਅੰਬਰੀ ਉਡਾਰੀਆਂ ਜਦੋਂ ਬਾਜਵੇ ਹੁਣਾਂ ਨਾ ਹੁੰਦੀਆਂ ਸੀ ਯਾਰੀਆਂ ਜਦੋਂ ਚਿਰਾਂ ਪਿੱਛੋਂ ਯਾਰ ਮਹਿਫਲਾਂ ਸਜਾਉਂਦੇ ਸੀ ਇੱਕ ਦੂਜੇ ਉੱਤੇ ਮੱਠੇ ਮੱਠੇ ਤਵੇ ਲਾਉਂਦੇ ਸੀ ਕਦੇ ਆਪਸ ਦੇ ਵਿੱਚ ਨਾ ਲੜਾਈ ਹੋਈ ਸੀ ਆਪਾਂ ਇੰਨੀ ਕੁ ਤਾਂ ਯੂਨਿਟੀ ਬਣਾਈ ਹੋਈ ਸੀ ਬਸ ਯਾਰਾਂ ਨਾਲ ਹੀ ਪੂਰ ਲਈਆਂ ਰੀਝਾਂ ਸਾਰੀਆਂ ਹੁਣ ਸਾਰਿਆਂ ਤੇ ਪੈ ਗਈਆਂ ਨੇ ਜ਼ਿੰਮੇਵਾਰੀਆਂ ਕੁਝ ਪਹੁੰਚ ਗਏ ਵਲੈਤ ਕੁਝ ਕੰਮੀ ਜੁੜ ਗਏ ਕਈ ਪਿਆਰ ਵਿੱਚ ਹਾਰੇ ਨਸ਼ਿਆਂ ਚ ਰੁੜ ਗਏ ਹੁਣ ਜਦੋਂ ਕਦੇ ਕਾਲਜ ਦੇ ਅੱਗੋਂ ਲੰਘਦਾ ਰੱਬ ਕੋਲੋਂ ਦਿਨ ਕਾਲਜ ਤੇ ਫੇਰ ਮੰਗਦਾ ਰੱਬ ਕੋਲੋਂ ਕਾਲਜ ਦੇ ਦਿਨ ਫੇਰ ਮੰਗਦਾ।